ਪੰਜਾਬ ਸਰਕਾਰ ਵੱਲੋਂ ਨਾਮੀ ਗੈਂਗਸਟਰ ਬਠਿੰਡਾ ਜੇਲ੍ਹ ਵਿੱਚ ਤਬਦੀਲ ਕਰਨ ਤੋਂ ਬਾਅਦ ਇਹ ਗੈਂਗਸਟਰ ਹੁਣ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਲਈ ਸਿਰਦਰਦੀ ਬਣੇ ਹੋਏ ਹਨ। ਜਦੋਂ ਵੀ ਇਹਨਾਂ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਿਆਂਦਾ ਜਾਂਦਾ ਹੈ ਤਾਂ ਇਸ ਮੌਕੇ ਪੁਲਿਸ ਪ੍ਰਸ਼ਾਸਨ ਨੂੰ ਸਖਤ ਸੁਰੱਖਿਆ ਪ੍ਰਬੰਧ ਕਰਨੇ ਪੈਂਦੇ ਹਨ ਅਤੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤੈਨਾਤ ਕਰਨਾ ਪੈਂਦਾ ਹੈ। ਜੇਲ੍ਹ ਤੋਂ ਲੈ ਕੇ ਬਠਿੰਡਾ ਦੇ ਸਰਕਾਰੀ ਹਸਪਤਾਲ ਤੱਕ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਇਹਨਾਂ ਨੂੰ ਲਿਆਂਦਾ ਜਾਂਦਾ ਹੈ। ਇਸ ਮੌਕੇ ਸਰਕਾਰੀ ਹਸਪਤਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਇਹਨਾਂ ਗੈਂਗਸਟਰਾਂ ਦਾ ਇਲਾਜ ਕੀਤਾ ਜਾਂਦਾ ਹੈ, ਜਿਸ ਕਾਰਨ ਦਵਾਈ ਲੈਣ ਆਏ ਮਰੀਜ਼ ਸਭ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ ਕਿਉਂਕਿ ਸੁਰੱਖਿਆ ਦੇ ਮੱਦੇਨਜ਼ਰ ਸਰਕਾਰੀ ਹਸਪਤਾਲ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਗਿਆ ਹੁੰਦਾ ਹੈ। ਕਿਸ ਤਰ੍ਹਾਂ ਕਾਹਦੇ ਵਾਸਤੇ ਲੈ ਸਕੇ? ਕੋਈ ਰੂਟੀਨ ਚੈੱਕ ਪੈ ਜਾ, ਕੀ ਹੈ ਜੀ? ਥੋੜ੍ਹੀ ਦੇਰ ਪਹਿਲਾਂ ਸੈਂਟਰਲ ਜੇਲ੍ਹ ਬਠਿੰਡਾ ਤੋਂ ਦੋ ਹਵਾਲਾਤੀ, ਜਿਨ੍ਹਾਂ 'ਚ ਇੱਕ ਬਾਬਾ ਦਿਲਪ੍ਰੀਤ ਸਿੰਘ ਬਾਬਾ ਸੀ, ਦੂਜੇ ਦਾ ਨਾਂ ਜਿਹੜਾ ਹੈਗਾ ਹਰਮਨਪ੍ਰੀਤ ਸਿੰਘ ਅੰਮ੍ਰਿਤਸਰੀ ਹੈ। ਉਹਨਾਂ ਨੂੰ ਆਰਥੋਪੈਟਿਕ ਪ੍ਰੋਬਲਮਸ ਕਰਕੇ ਇੱਥੇ ਸਿਵਲ ਹਸਪਤਾਲ ਲਿਆਂਦਾ ਗਿਆ ਸੀਗਾ, ਜਿਨ੍ਹਾਂ ਨੂੰ ਅਸੀਂ ਸਾਡੇ ਆਰਥੋਪੀਡੀਸ਼ੀਅਨ ਡਾਕਟਰ ਵਿਜੇ ਮਿੱਤਲ ਜੀ ਦੁਆਰਾ ਚੈੱਕਅਪ ਕਰਵਾ ਦਿੱਤਾ ਹੈ ਅਤੇ ਉਹਨਾਂ ਨੇ ਦੱਸਿਆ ਕਿ ਇਹਨਾਂ ਦੇ ਪਹਿਲਾਂ ਪੁਰਾਣੀ ਸੱਟ ਵੱਜੀ ਹੋਈ ਸੀਗੀ, ਜਿਹਦੇ ਕਰਕੇ ਅਪਰੇਟ ਵੀ ਹੋਏ ਸੀਗੇ ਅਤੇ ਹੁਣ ਉਸੇ ਸੱਟ ਕਰਕੇ ਕੁਝ ਪ੍ਰੋਬਲਮ ਹੈਗੀਆਂ, ਜਿਨ੍ਹਾਂ ਨੂੰ ਚੰਗੀ ਤਰ੍ਹਾਂ ਐਗਜ਼ਾਮਿਨ ਕਰਕੇ ਇਹਨਾਂ ਨੂੰ ਦਵਾਈ ਉੱਤੇ ਪਾ ਦਿੱਤਾ ਗਿਆ ਅਤੇ ਕੁਝ ਸਮੇਂ ਬਾਅਦ ਦੁਬਾਰੇ ਫਾਲੋਅਪ ਵਾਸਤੇ ਕਿਹਾ ਗਿਆ। ਜੇਲ੍ਹ ਭੇਜ ਦਿੱਤਾ ਗਿਆ? ਹਾਂਜੀ, ਇਹਨਾਂ ਨੂੰ ਵਾਪਸ ਟ੍ਰੀਟਮੈਂਟ ਦੇਣ ਤੋਂ ਬਾਅਦ ਸੈਂਟਰਲ ਜੇਲ੍ਹ ਜਿੱਦਾਂ ਦੀ ਵਾਪਸੀ ਕਰ ਦਿੱਤੀ।